ਕੀ ਹਾਲ ਚਾਲ ਨੇ ਵੀਰਾ ਸਾਰੇ ਵਧੀਆ ਹੋਣਗੇ ਤੇ ਲਾਕਡਾਊਨ ਕਰਕੇ ਵੀਡੀਓਜ਼ ਘੱਟ ਬਣ ਰਹੀਆਂ ਸੀਗੀਆਂ ਤੇ ਪਰ ਹੁਣ ਸਾਡੇ ਵੀ ਥੋੜੇ ਆਪ ਵੀ ਵਿਹਲੇ ਸੀ ਤੇ ਮੇਰੀ ਵੀ ਡਿਮਾਂਡ ਸੀ ਕਿ ਮੈਂ ਆਪਣੀ ਫੋਰਚੂਨਰ ਨੂੰ ਹੁੱਕ ਲਾਉਣੀ ਚਾਹੁੰਦਾ ਸੀ ਮਗਰ ਤੇ ਅਸੀਂ ਪਹੁੰਚੇ ਹੋਏ ਆ ਬਿਗ ਡੈਡੀ ਮੋਡੀਫਾਈ ਬਾਈ ਕੀ ਹਾਲ ਚਾਲ ਹੈ ਵਧੀਆ ਬਾਈ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਜੀ ਅੰਕਲ ਥੋੜੇ ਬਿਜ਼ੀ ਆ ਚਲੋ ਬਾਅਦ ਚ ਇਹ ਬਾਈ ਆਪਣੀ ਗੱਡੀ ਆ ਤੇ ਇਹਦੇ ਮਗਰਲੇ ਬੰਨੇ ਨਾ ਇੱਥੇ ਹੁੱਕ ਆਉਂਦੀ ਹੁੰਦੀ ਹੈ ਤੇ ਇਸ ਜਗ੍ਹਾ ਦੇ ਉੱਤੇ ਤੇ ਅੱਜ ਆਪਾਂ ਨੂੰ ਬਾਈ ਹੁਣੀ ਪਤਾ ਨਹੀਂ ਕਿੱਦਾਂ ਲਾ ਕੇ ਦਿੰਦੇ ਆ ਕੀ ਸਿਸਟਮ ਨਾਲ ਤੁਹਾਨੂੰ ਦੱਸਾਂਗੇ ਤੇ ਕੀ ਹੈ ਓਰੀਜਨਲ ਟਾਈਪ ਜਿੱਦਾਂ ਆਉਂਦਾ ਆ ਨਾ ਬਾਹਰ ਇੱਥੇ ਹੀ ਗੇਟ ਆਉਂਦੇ ਨੇ ਸੇਮ ਉਹੀ ਚੀਜ਼ ਬਣਾ ਦੇਣੀ ਹੈ ਠੀਕ ਹੈ ਮਜ਼ਬੂਤ ਪੂਰੀ ਹੈ ਜਿੱਦਾਂ ਮਰਜ਼ੀ ਖਿੱਚੋ ਗਾਰੰਟੀ ਆ ਤੇ ਇੱਕ ਦਿਨ ਚ ਮਤਲਬ ਲੱਗ ਜਾਂਦੀ ਹੈ ਵੈਸੇ ਇੱਕ ਦਿਨ ਜ਼ਿਆਦਾ ਟਾਈਮ ਨਹੀਂ ਲੱਗਦਾ ਠੀਕ ਹੈ ਤੇ ਬਾਈ ਤੁਹਾਨੂੰ ਸਾਰਾ ਸਾਰਾ ਜਿਹੜਾ ਪ੍ਰੋਸੀਜਰ ਆ ਨਾ ਉਹ ਸਮਝਾਵਾਂਗੇ ਕਿ ਕਿਵੇਂ ਹੁੰਦੀ ਹੈ ਕਿੰਨਾ ਟਾਈਮ ਲੱਗਦਾ ਕੀ ਸਿਸਟਮ ਵੀ ਬਹੁਤ ਜਣਾ ਡਿਮਾਂਡ ਵੀ ਰਹਿੰਦੀ ਹੈ ਹੁੱਕ ਦੇ ਬੈਨੀਫਿਟਸ ਵੀ ਬਹੁਤ ਨੇ ਤੁਹਾਨੂੰ ਨਾਲ ਨਾਲ ਅਸੀਂ ਦੱਸੀ ਜਾਵਾਂਗੇ ਕੀ ਬੈਨੀਫਿਟਸ ਨੇ ਕੀ ਸਿਸਟਮ ਹੈ ਤੇ ਕਿਉਂਕਿ ਮੈਂ ਤਾਂ ਆਪਣੇ ਫਾਰਮ ਤੇ ਯੂਜ਼ ਕਰਨੀ ਹੁੰਦੀ ਹੈ ਤੇ ਮੇਰੇ ਲਈ 4x4 ਆ ਵੈਸੇ ਵੀ ਫੋਰਚੂਨਰ ਤੇ ਜਿਪਸੀ ਮਗਰ ਵੈਸੇ ਮੈਂ ਚਲਾਉਣਾ ਹੈ ਟਰੈਲੀ ਮੇਰੇ ਕੋਲ ਟਰੈਲੀ ਹੈ ਅਮਰੀਕਨ ਮੈਂ ਦਿਖਾਈ ਹੋਈ ਹੈ ਪਹਿਲਾਂ ਵੀ ਨਹੀਂ ਤੇ ਫਿਰ ਤੁਹਾਨੂੰ ਦੁਬਾਰਾ ਵੀ ਦਿਖਾ ਦੇਣਾ ਨਵੇਂ ਵਿਊਵਰਸ ਨੇ ਉਹ ਮੈਂ ਇਹਦੇ ਪਿੱਛੇ ਪਾ ਕੇ ਚਲਾਉਣੀ ਚਾਹੁੰਦਾ ਹਾਂ ਸਟੱਡੀ ਵੀਜ਼ਾ ਵਾਸਤੇ ਬਾਹਰ ਜਾਣਾ ਚਾਹ ਰਹੇ ਤਾਂ ਲੱਗ ਰਿਹਾ ਕਿ ਕੋਵਿਡ ਕਰਕੇ ਸਾਰੇ ਇੰਸਟੀਟਿਊਟਸ ਬੰਦ ਨੇ ਕਿਤੋਂ ਇਨਫੋਰਮੇਸ਼ਨ ਨਹੀਂ ਮਿਲ ਰਹੀ ਬਟ ਤੁਸੀਂ ਆਨਲਾਈਨ ਕਾਉਂਸਲਿੰਗ ਕਰ ਸਕਦੇ ਹੋ ਫ੍ਰੀ ਹੋ ਵੀ ਕਿੰਨਾ ਕੋਲੋਂ ਐਜੂਕੇਸ਼ਨ ਲੈਣ ਕੋਲੋਂ ਜਿਹੜੇ ਕਿ ਤੁਹਾਨੂੰ ਕੈਨੇਡਾ ਆਸਟ੍ਰੇਲੀਆ ਯੂਕੇ ਯੂਐਸਏ ਵਾਸਤੇ ਸਾਰੀ ਇਨਫੋਰਮੇਸ਼ਨ ਦੇ ਸਕਦੇ ਆ ਤੁਹਾਨੂੰ ਆਨਲਾਈਨ ਘਰੇ ਬੈਠਿਆਂ ਨੂੰ ਤੇ ਨਾਲ ਤੁਹਾਨੂੰ ਹੋਰ ਵੀ ਦੱਸ ਦਿੰਦਾ ਕਿ ਤੁਸੀਂ ਉਹਨਾਂ ਕੋਲੋਂ ਆਇਲਸ ਟੋਫਲ ਪੀਟੀਈ ਫ੍ਰੈਂਚ ਵਗੈਰਾ ਦੀਆਂ ਕਲਾਸਿਸ ਵੀ ਲੈ ਸਕਦੇ ਹੋ ਜਿਹੜੇ ਕਿ ਉਹ ਪ੍ਰੋਵਾਈਡ ਕਰਦੇ ਨੇ ਜ਼ਿਆਦਾ ਇਨਫੋਰਮੇਸ਼ਨ ਵਾਸਤੇ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਥੱਲੇ ਨੰਬਰ ਚੱਲ ਰਿਹਾ ਤੇ ਤੁਹਾਨੂੰ ਸਾਰੀ ਤੁਹਾਡੀ ਇਨਫੋਰਮੇਸ਼ਨ ਉਹਨਾਂ ਕੋਲੋਂ ਮਿਲ ਸਕਦੀ ਬਾਈ ਤੁਸੀਂ ਦੇਖ ਸਕਦੇ ਹੋ ਇਹ ਕੀ ਕੀਤਾ ਬਾਈ ਹੁਣਾਂ ਨੇ ਪ੍ਰੋਪਰ ਚੈਸੀ ਨਾਲ ਵੈਲਡ ਹੋ ਜਾਂਦਾ ਇਹ ਤੁਸੀਂ ਦੇਖ ਸਕਦੇ ਹੋ ਕਿ ਮਤਲਬ ਇਹ ਪ੍ਰੋਪਰ ਚੈਸੀ ਨਾਲ ਵੈਲਡ ਹੋ ਕੇ ਐਂਗਲ ਆਉਂਦਾ ਮਤਲਬ ਕਿ ਅੰਦਰਲੇ ਬਨੇ ਐਂਗਲ ਲੱਗਿਆ ਹੋਇਆ ਸਾਰੇ ਸਾਰਾ ਤੇ ਇੱਧਰ ਵੀ ਇਹ ਚੈਸੀ ਨਾਲ ਵੈਲਡ ਹੋਇਆ ਜਿਹੜਾ ਕਿ ਕਿਤੇ ਨਹੀਂ ਜਾਂਦਾ ਤੇ ਫਿਰ ਤੁਸੀਂ ਕੀ ਕਰ ਸਕਦੇ ਹੋ ਕਿ ਇਹਦੇ ਨਾਲ ਹੁਣ ਜੋ ਮਰਜ਼ੀ ਪਾ ਕੇ ਤੁਸੀਂ ਆਪਣਾ ਘਰ ਇੱਧਰ ਅੰਦਰਲੇ ਬਨੇ ਨਟ ਬੋਲਟ ਹੋ ਜਾਂਦੇ ਆ ਤੇ ਇਦਾਂ ਇਹ ਹੁੱਕ ਪੂਰੀ ਪੂਰੀ ਜਿਹੜੀ ਹੈ ਕਿ ਹੁਣ ਤੁਹਾਡੇ ਵਰਕਿੰਗ ਦੇ ਵਿੱਚ ਹੈ ਤੇ ਇਹਦੇ ਵਿੱਚ ਹੁੱਕਾਂ ਵੀ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਨੇ ਵੈਸੇ ਤੁਹਾਨੂੰ ਅਸੀਂ ਦਿਖਾ ਦਾਂਗੇ ਜਸਟ ਕੀ ਹੈ ਕਿ ਹੁਣ ਤੁਸੀਂ ਇਹਨੂੰ ਇੱਥੋਂ ਕਰਕੇ ਇਹ ਥੋੜਾ ਟਾਈਟ ਆ ਮੇਰੇ ਹਿਸਾਬ ਨਾਲ ਨਵੇਂ ਕਰਕੇ ਥੋੜਾ ਟਾਈਟ ਹੈ ਇਹ ਇਦਾਂ ਖੁੱਲ ਜਾਂਦਾ ਪੂਰੀ ਪੂਰੀ ਹੁੱਕ ਤੇ ਫਿਰ ਤੁਸੀਂ ਇਹਦੇ ਵਿੱਚ ਆਪਣਾ ਕੁਝ ਵੀ ਪਾ ਸਕਦੇ ਹੋ ਬਟ ਅੱਜ ਕੱਲ ਇਹਨਾਂ ਕੋਲ ਨਵਾਂ ਇੱਕ ਆਉਂਦਾ ਸਿਸਟਮ ਜਿਹੜਾ ਕਿ ਟਰਾਲੀ ਨਾਲ ਤੁਸੀਂ ਪਾਉਣ ਵਾਸਤੇ ਹੁੰਦਾ ਇਹ ਜਿਹੜੀ ਬਾਲ ਬਣੀ ਉਸ ਉਹਦੇ ਲਈ ਓਕੇ ਅੱਛਾ ਮਤਲਬ ਇਹ ਕੋਈ ਸੈਪਰੇਟ ਲੈਣਾ ਪੈਂਦਾ ਵੈਸੇ ਕਿ ਨਾਲ ਹੀ ਹੁੰਦਾ ਬਾਈ ਇਹਦੇ ਹੁੱਕ ਦੇ ਸੈਪਰੇਟ ਲੈਣਾ ਇਹ ਬਾਈ ਵੈਸੇ ਜਿਹੜਾ ਕਿ ਸਪੈਸ਼ਲ ਹੁੱਕਾਂ ਵਾਸਤੇ ਹੀ ਹੁੰਦਾ ਕਿ ਲਾਈਕ ਇਹ ਹੁੱਕ ਅੱਜ ਕੱਲ ਨਵੇਂ ਦਾ ਟ੍ਰੈਂਡਿੰਗ ਆ ਗਈ ਤੇ ਹੁਣ ਤੁਸੀਂ ਇਹਨੂੰ ਮਤਲਬ ਕੁਝ ਵੀ ਕਰ ਲਓ ਕੁਝ ਨਹੀਂ ਹੋਊਗਾ ਇਹ ਲਾਈਕ ਇਹਦੇ ਵਿੱਚ ਆਮਾ ਵੀ ਤਾਂ ਇਹ ਜਿੱਦਾਂ ਟਰਾਲੀ ਦੇ ਚੈਨਲ ਤੇ ਅੱਗੇ ਫਿੱਟ ਹੋ ਜਾਣਾ ਠੀਕ ਹੈ ਇਹ ਇਦਾਂ ਹੋ ਗਿਆ ਫਿੱਟ ਓਕੇ ਵੀ ਆ ਇਦਾਂ ਸੇਫਟੀ ਹੈਗੀ ਇਹਦੀ ਠੀਕ ਹੈ ਤੇ ਆ ਲੱਗ ਗਿਆ ਠੀਕ ਹੈ ਇਹ ਇਹਨੂੰ ਪ੍ਰੈਸ ਕਰਦੇ ਆ ਠੀਕ ਹੈ ਆ ਹੁੰਦਾ ਇਹਦੇ ਵਿੱਚ ਕੀ ਆ ਇਹ ਬਾਲ ਫਸ ਜਾਣੀ ਇਹ ਬਾਲ ਫਸਾ ਕੇ ਇਹਨੂੰ ਬੰਦ ਕਰ ਦੇ ਬੰਦ ਕਰ ਠੀਕ ਹੈ ਮਤਲਬ ਇਹਦਾ ਮਤਲਬ ਕਿ ਫਿਰ ਬਾਅਦ ਚ ਫੋਲੀ ਪੈ ਜਾਂਦੀ ਵੈਸੇ ਸਿੱਧੀ ਹੁੱਕ ਵੀ ਜਿਹੜੀ ਟਰਾਲੀਆਂ ਚ ਆਉਂਦੀ ਉਹ ਪੈ ਜਾਂਦੀ ਹੈ ਛੋਟੀ ਹੁੱਕਾਂ ਵਾਲੀ ਮਤਲਬ ਉਹ ਵੀ ਇਹਦਾ ਚੱਲਦੀ ਹੈ ਉਹ ਚੱਲਦੀ ਹੈ ਉਹਦੀ ਉਹ ਤਾਂ ਨਹੀਂ ਕੋਈ ਚੱਕਰ ਹੈਗਾ ਇਹਦੇ ਵਿੱਚ ਠੀਕ ਹੈ ਪਰ ਜਿਹੜੀਆਂ ਆ ਚੀਜ਼ਾਂ ਇਹ ਈਜ਼ੀ ਹੈ ਤੇ ਇਹਦੀ ਮਤਲਬ ਮੇਨ ਫਿਰ ਇਦਾਂ ਹੋ ਜਾਂਦਾ ਝਟਕਾ ਬਿਲਕੁਲ ਨਹੀਂ ਲੱਗਦਾ ਬਿਲਕੁਲ ਲੱਗਦਾ ਚੋ ਠੀਕ ਹੈ ਬਾਲ ਦੇ ਉੱਤੇ ਪੂਰਾ ਪੂਰਾ ਫਸ ਜਾਣਾ ਹੈ ਫਸ ਜਾਣਾ ਝਟਕਾ ਰਹਿੰਦਾ ਹੀ ਰਹਿੰਦਾ ਹੈ ਇਹ ਵੀ ਗੱਲ ਹੈ ਤੇ ਬਾਈ ਇਹ ਹੁੱਕ ਹੈ ਜਿਹੜੀ ਕਿ ਅਸੀਂ ਲਾਈ ਹੈ ਇਹਦੇ ਤੇ ਇਹਦੇ ਬੈਨੀਫਿਟਸ ਕੀ ਨੇ ਹੁਣ ਤੁਹਾਨੂੰ ਉਹ ਵੀ ਦੱਸ ਦਿੰਦੇ ਨੇ ਬੈਨੀਫਿਟਸ ਇਹ ਹੈਗੇ ਨੇ ਕਿ ਲਾਈਕ ਪਹਿਲੀ ਤਾਂ ਗੱਲ ਹੈ ਜੇ ਪਿੱਛੋਂ ਕੋਈ ਗੱਡੀ ਮਾਰੇ ਤਾਂ ਉਹਦਾ ਗੱਡੀ ਪਹਿਲਾਂ ਤਾਂ ਹੁੰਦਾ ਨੁਕਸਾਨ ਹੋਊਗਾ ਠੀਕ ਹੈ ਵੈਸੇ ਚਲੋ ਮੈਂ ਜਨਰਲੀ ਦੱਸ ਰਿਹਾ ਕਿ ਬਟ ਮੈਨੂੰ ਤਾਂ ਆਪਣੀ ਟਰਾਲੀ ਲਈ ਚਾਹੀਦੀ ਸੀ ਤਾਂ ਕਰਕੇ ਅਸੀਂ ਲਾਈ ਹੈ ਤੇ ਆਫ ਰੋਡਿੰਗ ਵਗੈਰਾ ਕਰਦੇ ਹਾਂ ਦੇ ਵਿੱਚ ਪਟਾ ਵਗੈਰਾ ਜਾਂ ਕੁਝ ਵੀ ਪਾ ਕੇ ਤੁਸੀਂ ਗੱਡੀ ਦੂਜੀ ਖਿੱਚ ਸਕਦੇ ਹੋ ਤੇ ਬਟ ਮੋਸਟਲੀ ਇਹਦੇ ਹੋਰ ਇਹ ਬੈਨੀਫਿਟਸ ਨੇ ਕਿ ਪਿਛਲਾ ਬੰਦਾ ਵੀ ਕੇਅਰਫੁਲੀ ਚਲਾਊਗਾ ਕਿਉਂਕਿ ਉਹਨੂੰ ਪਤਾ ਹੈ ਉਹਦੀ ਹੁੱਕ ਲੱਗੀ ਹੋਈ ਹੈ ਤੇ ਤੁਹਾਡਾ ਅਗਲਾ ਤੇ ਬਾਕੀ ਕੋਈ ਵੀ ਹੋਰ ਸੈਪਰੇਟ ਤੁਸੀਂ ਦੇਖ ਸਕਦੇ ਹੋ ਕੋਈ ਕੁਝ ਨਹੀਂ ਕੀਤਾ ਸਿਰਫ ਇਹਦੇ ਵਿੱਚ ਇੱਥੇ ਸ਼ੇਕ ਕੀਤੇ ਸੀਗੇ ਅੰਦਰਲੇ ਬਨੇ ਇੱਥੇ ਗਾਰਡਰ ਲੱਗਿਆ ਹੋਇਆ ਨਾਲ ਇਹਦੇ ਪ੍ਰੋਪਰ ਜਿਹੜਾ ਕਿ ਵਰਕ ਕਰਦਾ ਜਿਹੜਾ ਕਿ ਇਹਨੂੰ ਧੱਕਣ ਵੀ ਨਹੀਂ ਦੇਊਗਾ ਤੇ ਇਹਦੇ ਨਾਲ ਤੁਸੀਂ ਹੁਣ ਆਪਣਾ ਯੂਜ਼ ਕਰ ਸਕਦੇ ਹੋ ਤੇ ਇਹਨੂੰ ਮੈਨੂੰ ਅੰਦਰਲਾ ਪਾਰਟ ਆ ਉਹ ਡਿਟੈਚੇਬਲ ਵੀ ਬਣ ਜਾਂਦਾ ਬਣ ਜਾਂਦਾ ਸਰ ਉਹਦਾ ਜੇ ਮਤਲਬ ਕਰਨਾ ਹੋਵੇ ਤਾਂ ਹੁਣ ਭਾਜੀ ਕੋ ਟਾਈਮ ਥੋੜਾ ਘੱਟ ਸੀਗਾ ਅੱਛਾ ਨਹੀਂ ਤਾਂ ਭਾਈ ਨਟ ਬੋਲਟ ਵੀ ਲਾ ਨਹੀਂ ਤਾਂ ਫਿਰ ਆਪਾਂ ਨਟ ਬੋਲਟ ਨਟ ਬੋਲਟ ਕਰਦੇ ਠੀਕ ਹੈ ਤੇ ਉਹਨੂੰ ਟਾਈਮ ਉਹਨੂੰ ਇਹਨਾਂ ਕੀ ਲੱਗਦਾ ਥੋੜਾ ਵੱਧ ਲੱਗਦਾ ਇਹਨਾਂ ਲੱਗਦਾ ਮੇਰੇ ਹਿਸਾਬ ਨਾਲ ਭਾਈ ਵੱਧ ਤੋਂ ਵੱਧ ਮੈਨੂੰ ਇਹਨਾਂ ਨੇ ਵੈਸੇ ਘੰਟਾ ਵੀ ਨਹੀਂ ਲੱਗਿਆ ਮੈਂ ਕਹਿ ਸਕਦਾ ਕਿ ਘੰਟੇ ਦਾ ਵੈਸੇ ਚਲੋ ਮੰਨ ਕੇ ਚੱਲੀਏ ਘੰਟਾ ਇੱਕ ਲੱਗ ਜਾਂਦਾ ਤੁਹਾਨੂੰ ਹੁੱਕਾਂ ਦਿਖਾ ਦਿੰਦੇ ਹਾਂ ਹੋਰ ਕਿਹੜੇ ਤਰ੍ਹਾਂ ਦੀਆਂ ਆਉਂਦੀਆਂ ਨੇ ਬਾਈ ਹੁਣਾਂ ਕੋਲ ਇੱਥੇ ਅਵੇਲੇਬਲ ਹੋਣਗੀਆਂ ਤੇ ਵੈਸੇ ਇਹਨਾਂ ਦੀ ਇਹ ਵਰਕਸ਼ਾਪ ਆ ਸਾਰੀ ਦੀ ਸਾਰੀ ਪਹਿਲਾਂ ਵੀ ਅਸੀਂ ਦਿਖਾਉਂਦੇ ਰਹਿੰਦੇ ਹਾਂ ਬਾਈ ਬਾਕੀ ਇਹਨਾਂ ਕੋਲ ਜਿੱਦਾਂ ਥਾਰਾਂ ਦੇ ਹਾਰਡ ਟੌਪਸ ਵਗੈਰਾ ਹੁੰਦੇ ਰਹਿੰਦੇ ਨੇ
तैयार हो गई अंदरों यदि पूरी पूरी मैं पूरी सत जी तुम फिर रूफ ला रहे हो ये मैं मून रूफ ला रहे हो सारी सारी मून रूफ लग जानी बई ये अंदर तुम देख सकते हो अगर बई की गड्डी लग्या हो दिखाया बाकी ये एक नवा प्रोजेक्ट इन्हों को चल रहा ट्रैली है विद ए सी सारा कुछ मतलब आप कह सकते हैं कि कैंपिंग कैंपिंग मतलब मोटर होम टाइप जी बना रहे हैं वैसे तो किसी की रिक्वायरमेंट बैड लग जाना ये अभी वक्रा ब्लॉग देवे फिर दसागे तो बाकी एक इन्होंने नवा प्रोजेक्ट बनाया हुआ ये की है वैसे गुरजीत भाई जी एन डी यूनिवर्सिटी ओके मतलब किराया बनाया असि अपने वालों ना इन गॉसिप साइकिल दिता है गॉसिप साइकिल ता दिता कि सवेरे जिदा बजुर्ग इकट्ठे होंगे सारे सैर ली जाते हैं साइकिलिंग सत जने इतने बह जाते हैं भाई तुम देख सकते हो बहुत ही सोहनी चीज है यह लाइक यदि मतलब फ्रंट लुक तुम देख सकते हो तो छोटे टायर पाए हुए ने ते बाकी ये सत्त जाने बह सकते हो लाइक ये देख सकते हो सीट्स लगिया हुई सारिया ये कोई प्रोजेक्ट इन्हों का चल रहा है तैयार किया इंजन रखा हुआ बई मैं तुम्हें सत्त जने बह सकते हैं तो आपस गलां चोलियां कट्ठे ही करते हैं स्पीकर वगैरा भी बाई होना चलाए ने म्यूजिक सिस्टम वगैरा लग्या हुआ सारा पिछो हाँ मतलब गंदा मीह करके भी हो जाता छिटे पे पिछे भी देख सकते हो बहुत सोहनी चीज है ये टूल बॉक्स पिछे तो बैग रखने वास्ते टूल भी दिता हुआ है अपना समान रख सकते हो छत लगी हुई प्रॉपर एक बैल लगी हुई है तो बहुत ही सोहना प्रोजेक्ट है ये तो फिलहाल अजे लेके नहीं गए इतने बई होना खड़ा से अभी थोड़ा जस्ट ये दिखाता तो यह बई फिर मैं आने वाला फ्यूचर हो सकता है लोगों का सैर वास्ते लोगों कॉलेज यूनिवर्सिटिया कलोनिया पेटेंट करा लिया अच्छा प्रॉपर जिदा साइकिल का वर्क हुंदा है प्रॉपर इन पैडल्स लगे हुए ने पैर रखने दूजे लगे हुए ने मतलब हरेक पैडल्स मार के भी चला सकते हो जिवें कि बाई ने दस्या सीगा वाली हुक भी आउंदी है जिहड़ी कि तुसीं गड्डी नूं फॉर्चूनर जां किसे नूं भी ला सकदे हो पर पहलियां हुक्कां च आउंदी हुंदी सीगी बट हरेक दी आपो अपनी चॉइस हुंदी है अजकल जिवें कि ओह बॉल वाली जिहड़ी है ओह ज़्यादा ट्रेंड च है ते इह मतलब लोकी इह भी पसंद करदे कई ते इहनां च भाई फिर रेट डिफरेंस भी आउंदा होऊगा कि नहीं आउंदा वैसे तुसीं जिहड़ा मैनूं हुक ला के दित्ती है इहदी की कॉस्टिंग आउंदी है जे किसे ने लवाउणी होवे लाइक जिवें इत्थे चैनल वगैरा ला के आपां सारा कीता है ओह तकरीबन 5000 रुपया ओके मतलब वो सर जाता है तो ये हुकों की कॉस्टिंग फिर इदा अलग होंगी है इदा हम मतलब किसी ने वह लवानी है या किसी को आह लवानी है या कोई होर टाइप की लवानी है हुक की कॉस्टिंग ऑलमोस्ट ए वालियाँ जी तो सेम ही है कॉस्ट ठीक है ज़्यादा फर्क नहीं है जीडिया बहर आ दिखाने दो हो रहे ना हाँ। उद्देश एक दा प्लस 2000 एक दा प्लस 3000 का हुक की क्वालिटी से जो शेप च फर्क पै जाता है शेप का मतलब ब्रांड का भी पै जाता है बई जी किसी ने हुक लवानी है गड्डी तो अपॉइंटमेंट लैके आना पेगा या नॉर्मली आके लवा सकते हैं थोड़ा टाइम ही लगता है अपनी थार स्पैशल मॉडल जो तैयार किया हुआ वाहवा फेमस है जिहड़ा कि तुसी बहुत ज़्यादा पहला प्यार दिता इस मॉडल मतलब काफ़ी वधिया मॉडल यह बनया हुआ इन्हों का दोस्तों बाई हुणा कोले लाइक गड्डियां तुहानू दस्सिया सी मैं कस्टम हुंदियां ही रहिंदियां ने कुछ ना कुछ करते रहते हैं ये थारां दे हार्ड टॉप सैमी हार्ड टॉप्स इधर थोड़ा दिखाउण लग्या मैं कि बाई हुणा की आपकी पजैरो है जी कि इन्होंने हमने अल्टर किया पहले तो गड्डी चैक कर सकते हो कि सोहनी लग रही है यह तो उधर एक इन्होंने रेंगुलर बना रहे हैं वह बाद दसागे असं तो बई मैंने ये दसो कि पजैरो तुम्हें की किया है ਬਜ਼ਾਰੋਂ ਨੂੰ ਭਾਜੀ ਕੁਛ ਨਹੀਂ ਇੱਕ ਤਾਂ ਆਪਾਂ ਬੰਪਰ ਲਾਇਆ ਠੀਕ ਹੈ ਵੀਲ ਪਾਏ ਆ ਭਾਈ ਤੁਸੀਂ ਦੇਖ ਸਕਦੇ ਭਾਈ ਮੈਟਲ ਦਾ ਬੰਪਰ ਹੈ ਇਹਦੇ ਉੱਤੇ ਤੁਸੀਂ ਪੇਂਟ ਕਿਹੜਾ ਮਾਰਿਆ ਹੋਇਆ ਇਹ ਰੈਪਰ ਕੋਟਿੰਗ ਤੁਸੀਂ ਕੀਤੀ ਹੋਈ ਹੈ ਬਾਈ ਨਾਲੇ ਦੇ ਲਾ
ਬਾਈ ਹੁਣ ਤੁਸੀਂ ਲਾਏ ਬਾਈ ਫਿਰ ਕਿਹੜੇ ਕਿੰਨੇ ਇੰਚ ਪਾਏ ਨੇ ਇਹਨੂੰ? ਇਹ ਬਾਈ ਇੰਚ ਹੈ ਭਾਜੀ।
ਬਾਈ ਬਹੁਤ ਹੀ ਸੋਹਣਾ ਲੋਏ ਨੂੰ ਲੱਗ ਰਿਹਾ ਹੈ ਤੇ ਤੁਸੀਂ ਇਹਨੂੰ ਅਪਲਿਫਟ ਵੀ ਕੀਤਾ ਹੋਇਆ ਨਹੀਂ ਲਿਫਟ ਨਹੀਂ ਕੀਤੀ ਇਹਦੀ ਸਸਪੈਂਸ਼ਨ ਵਗੈਰਾ ਵੀ ਚੇਂਜ ਕੀਤੀ ਸਸਪੈਂਸ਼ਨ ਇਹਦੀ ਪਾਈਏ ਆਪਾਂ ਓਕੇ ਆਪਣੇ 올ਡ ਮੈਨ ਇਮੋ ਦੀ 올ਡ ਮੈਨ ਇਮੋ ਦੀ ਮਤਲਬ ਤੁਸੀਂ ਸਸਪੈਂਸ਼ਨ ਵਗੈਰਾ ਵੀ ਕਿਸੇ ਨਾਲ ਚੇਂਜ ਕਰਾਉਣੀ ਉਹ ਵੀ ਕਰ ਸਕਦੇ ਆ ਅਪਲਿਫਟ ਵੀ ਆਪਾਂ ਕਰਦੇ ਹਾਂ ਗੱਡੀਆਂ ਸਾਰੀਆਂ ਨੂੰ ਕਰ ਦਿੰਦੇ ਬਾਕੀ ਬਾਈ ਤੁਸੀਂ ਸਾਈਡ ਤੋਂ ਲੁੱਕ ਚੈੱਕ ਕਰ ਸਕਦੇ ਹੋ ਗੱਡੀ ਦੀ ਕਿੱਡੀ ਜ਼ਬਰਦਸਤ ਲੁੱਕ ਹੈ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸ ਰਿਹਾ ਸੀ ਪਿਛਲੇ ਬੰਨੇ ਦੀ ਹੁੱਕ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ ਹੁੱਕ ਮੇਰੀ ਗੱਡੀ ਨੂੰ ਵੀ ਲੱਗੀ ਹੈ ਇਹਨਾਂ ਨੇ ਇਹਨੂੰ ਇਹ ਵਾਲੀ ਇਹ ਕ੍ਰੋਮ ਵਾਲੀ ਹੈ ਪ੍ਰੋਪਰ ਸਾਰੀ ਤੇ ਇਹ ਇਹ ਕ੍ਰੋਮ ਹੈ ਤਾਂ ਉਤਰਿਆ ਨਹੀਂ ਹੈਗਾ ਓਕੇ ਇਹ ਐਕਚੁਅਲੀ ਜਿੱਦਾਂ ਵਰਕਸ਼ਾਪ ਵੀ ਅੰਦਰ ਖੜੀ ਜਿਹੜਾ ਪੂਰਾ ਪੈਕ ਨਾ ਜੰਮ ਗਿਆ ਸਾਫ ਕਰਨ ਵਾਲੀ ਆ ਤਾਂ ਹੁੰਦੀ ਨਹੀਂ ਹੈ ਪੂਰੀ ਇਹ ਐਸਐਸਡੀ ਹੁੰਦੀ ਹੈ ਸਟੇਨਲੈਸ ਸਟੀਲ ਦੀ ਹੈ ਸਾਰੀ ਭਾਈ ਇਹ ਦੇਖ ਸਕਦੇ ਹੋ ਜਿਸ ਤੇ ਹੁੱਕ ਚੇਂਜ ਤੁਸੀਂ ਕਦੀ ਵੀ ਕਰਵਾ ਸਕਦੇ ਹੋ ਥੋੜਾ ਅੰਦਰ ਵਾਲਾ ਸਿਸਟਮ ਜਿਹੜਾ ਉਹ ਸੈੱਟ ਹੋਣਾ ਚਾਹੀਦਾ ਹੈ ਨਾ ਐਂਗਲ ਵਗੈਰਾ ਪਰ ਇਹਨੂੰ ਕੰਪਨੀ ਮੈਡਿਟ ਪਿੱਛੋਂ ਆਉਂਦੀ ਹੈ ਚੈਸੀ ਜਾਂ ਕਿ ਲਵਾਉਣੀ ਪੈਂਦੀ ਹੈ ਇਹ ਵੀ ਨਹੀਂ ਇਹ ਤਾਂ ਲਾਈ ਹੈ ਜਿਹੜੀ ਆਉਂਦੀ ਹੈ ਕੰਪਨੀ ਵੱਲੋਂ ਉਹ ਤਾਂ ਇੱਕ ਨਾਰਮਲ ਫੁੰਡਾ ਜਿਹਾ ਬਣਿਆ ਹੁੰਦਾ ਬਸ ਓਕੇ ਠੀਕ ਹੈ ਤੁਸੀਂ ਇਹ ਦੇਖ ਸਕਦੇ ਹੋ ਬਾਈ ਇਹਨੂੰ ਵੀ ਹੁੱਕ ਲੱਗੀ ਹੋਈ ਹੈ ਜਿਹੜੀ ਤੇ ਇਹ ਥੋੜੀ ਤੁਸੀਂ ਦੱਸਿਆ ਕਾਸਟਲੀ ਹੁੰਦੀ ਹੈ ਹਾਂ ਇਹ ਤਕਰੀਬਨ 2000 ਦਾ ਫਰਕ ਪੈਂਦਾ ਇਹਨੂੰ ਓਕੇ ਤੇ ਵੱਧ ਪਹਿਲਾਂ ਦੱਸੋ ਵੀ ਇਹ ਹੁੱਕ ਕੋਈ ਸਪੈਸ਼ਲ ਲੱਗਦੀ ਹੈ ਮੈਨੂੰ ਕਿਉਂਕਿ ਇਹ ਬਹੁਤ ਘੱਟ ਗੱਡੀਆਂ ਲੱਗੀ ਦੇਖੀ ਤੁਸੀਂ ਸਪੈਸ਼ਲ ਮੰਗਾਈ ਹੋਈ ਹੈ ਕਿਤੋਂ ਸਪੈਸ਼ਲੀ ਇਹ ਐਕਚੁਅਲੀ ਆਂਦੀ ਦੀ ਹੈਮਰ ਦੀ ਹੈ ਓਕੇ ਹਾਂਜੀ ਇਹ ਮਤਲਬ ਜਿਹੜੀ ਹੁੱਕ ਹੈ ਵੀ ਉਦਾਂ ਸੇਮ ਤੇ ਇਹ ਕਾਸਟਲੀ ਹੁੰਦੀ ਹੈ ਫਿਰ ਇਹਦਾ ਮਤਲਬ ਜ਼ਿਆਦਾ ਕਿ ਨਾਰਮਲ ਰੇਟ ਹੀ ਹੁੰਦੇ ਇਹਦੇ ਵਿੱਚ ਇਹਦੀ ਕਾਸਟ ਜ਼ਿਆਦੀ ਹੈ ਜਿੱਦਾਂ ਮਤਲਬ ਕੱਲੀ ਹੁੱਕੀ ਇਹ 65 ਜਾਂ 7 ਇੰਨੇ ਕ ਦੀ ਆ ਕੱਲੀ ਓਕੇ ਠੀਕ ਹੈ ਇਹ ਜਿਹੜੀ ਹੈ ਇਹਦੇ ਵਾਸਤੇ ਸਪੈਸ਼ਲ ਆ ਤੁਸੀਂ ਆ ਰੱਖਿਆ ਹੋਇਆ ਗ੍ਰੇ ਵਾਲਾ ਜੇ ਲਾਣਾ ਆ ਇਹ ਵੀ ਫਿਰ ਉਹਦੇ ਵਿੱਚ ਉਹ ਚੱਲ ਜਾਣਾ ਇਨਕਰੀਜ਼ ਹੋ ਜਾਂਦਾ ਕਾਫੀ ਜੇ ਆ ਸਾਰਾ ਆਹੀ ਵਾਲਾ ਕਰੀਏ ਆਪਾਂ ਗਾਰਡ ਥੱਲੋਂ ਬਣਾ ਕੇ ਤੇ 10,000 ਦੇ ਆਸ-ਪਾਸ ਪੈਂਦੀ ਹੈ ਪੈ ਜਾਂਦਾ ਓਕੇ ਠੀਕ ਹੈ ਤੁਸੀਂ ਆ ਦੇਖ ਸਕਦੇ ਹੋ ਪ੍ਰੋਪਰ ਇਹਦੇ ਵਿੱਚ ਇਦਾਂ ਲੱਗ ਜਾਂਦਾ ਆ ਲੱਗ ਗਿਆ ਓਕੇ ਪੂਰਾ ਫਿਕਸ ਹੋ ਜਾਂਦਾ ਇੱਥੇ ਹੁੰਦਾ ਹੀ ਤੁਸੀਂ ਆ ਕਰਕੇ ਇਹਨੂੰ ਆ ਪੈ ਗਈ ਸੇਫਟੀ ਇਹਦੀ ਲੌਕ ਲਾ ਲੈ ਲੌਕ ਲੱਗ ਗਿਆ ਤੇ ਇਹ ਹੁਣ ਇਹ ਜਿੱਦਾਂ ਮਰਜ਼ੀ ਇਹ ਇਹ ਇਹਦੇ ਤੇ ਚੱਲਦਾ ਠੀਕ ਹੈ ਇਹਦੇ ਵਿੱਚ ਕੀ ਹੈ ਤੁਹਾਨੂੰ ਜਿਹੜਾ ਝਟਕਾ ਆ ਉਹ ਨਹੀਂ ਮਹਿਸੂਸ ਹੋਏਗਾ ਉਹ ਮਹਿਸੂਸ ਹੋਏਗਾ ਮਤਲਬ ਆ ਜਿੰਨੀ ਆ ਇਹ ਬਈ ਕਿਸੇ ਵੀ ਟਰਾਲੀ ਨੂੰ ਲੱਗ ਜਾਂਦਾ ਹੈ ਲਾਈਕ ਕਿਸੇ ਚੀਜ਼ ਨੂੰ ਤੁਸੀਂ ਲਾ ਸਕਦੇ ਹੋ ਹਾਂ ਕੋਈ ਟਰਾਲੀ ਹੈ ਕੁਛ ਹੈ ਕਿਸੇ ਤੇ ਲਾ ਲਓ ਓਕੇ ਠੀਕ ਹੈ ਕਰਨੀ ਇਹਦਾ ਵਧੀਆ ਆ ਮਤਲਬ ਮਜ਼ਬੂਤ ਹੈ ਬਹੁਤ ਜ਼ਿਆਦਾ ਬਣਿਆ ਹੁੰਦਾ ਹੈ ਠੀਕ ਹੈ ਤੇ ਇਹਦੀ ਹੁੱਕਾਂ ਦੀ ਮਤਲਬ ਕਿੰਨੀ ਕਿ ਵੈਸੇ ਕਪੈਸਿਟੀ ਹੁੰਦੀ ਹੈ ਕੀ ਚੀਜ਼ ਖਿੱਚ ਸਕਦੀਆਂ ਨੇ ਨਾਰਮਲੀ ਕਿੰਨਾ ਕਿ ਮਤਲਬ ਅਸੀਂ ਵੇਟ ਖਿੱਚ ਸਕਦੇ ਇਹਨਾਂ ਨਾਲ ਜਿੱਦ ਮਤਲਬ ਇਦਾਂ ਹੁਣ ਮਤਲਬ ਮੈਂ ਲਾ ਲਈ ਠੀਕ ਹੈ ਤੇ ਮੈਂ ਉਹਦੇ ਨਾਲ ਕਿੰਨੀ ਕਿ ਹੈਵੀ ਗੱਡੀ ਖਿੱਚ ਸਕਦਾ ਜਾਂ ਟਰਾਲੀ ਕੋਈ ਖਿੱਚ ਸਕਦਾ ਟਰੈਕਟਰ ਫਸਿਆ ਕੋਈ ਨਹੀਂ ਖਿੱਚ ਸਕਦਾ ਖਿੱਚ ਸਕਦੇ ਖਿੱਚ ਸਕਦੇ ਮਤਲਬ ਗੱਡੀ ਦੀ ਪਾਵਰ ਦੇ ਉੱਤੇ ਜਾਂ ਕੀ ਹਿਸਾਬ ਤਾ ਵਾ ਜਿੱਦਾਂ ਹੁੰਦੀ ਹੈ ਤਕਰੀਬਨ ਇਹਨਾਂ ਦੀ 8 ਟਨ ਹੁੰਦੀ ਹੈ 8 ਟਨ ਦੀ ਕਪੈਸਿਟੀ ਹੁੰਦੀ ਹੈ 80 ਕੁਇੰਟਲ ਜਿਹੜਾ ਘਟੋ ਘਟ ਖਿੱਚ ਸਕਦੇ ਠੀਕ ਹੈ ਮਤਲਬ ਇਹਦੀ ਕਪੈਸਿਟੀ ਹੁੰਦੀ ਹੈ ਇਹਨੂੰ ਇਹ ਇਦਾਂ ਆ ਕਿ ਮਤਲਬ ਜਦੋਂ ਹੁਣ ਟਰੈਕਟਰ ਵੀ ਕਹੀ ਆਪਾਂ ਕਹੀ ਟਰੈਕਟਰ ਥੋੜਾ ਹੈਵੀ ਹੁੰਦਾ ਫਸਿਆ ਜੇ ਗੱਡੀ ਨਾ ਕੱਢੀਏ ਆਪਾਂ ਉਹਦੇ ਵਿੱਚ ਜ਼ਿਆਦਾ ਜ਼ੋਰ ਲਵਾਉਣਾ ਵੀ ਨਹੀਂ ਚਾਹੀਦਾ ਚੈਸੀ ਕੋਈ ਗੱਡੀਆਂ ਦੀ ਚੈਸੀ ਇਸ ਕੰਮ ਨੂੰ ਨਹੀਂ ਬਣੇ ਹੁੰਦੇ ਚਲੋ ਨਾਰਮਲੀ ਵੈਸੇ ਤੁਸੀਂ ਕਿਸ ਨੂੰ ਕੱਢ ਸਕਦੇ ਹੋ ਗੱਡੀ ਫਸੀ ਹਾਂ ਨਾਰਮਲੀ ਤਾਂ ਝਟਕਾ ਗੱਡੀ ਕੋਈ ਵੀ ਫਸੀ ਕੱਢ ਸਕਦੇ ਹਾਂ ਗੱਡੀ ਫਸੀ ਕੋਈ ਗੱਡੀ ਫਸੀ ਕੱਢ ਲਓ ਟਰੱਕ ਵੀ ਕੱਢ ਲਓ ਭਾਵੇਂ ਪਰ ਝਟਕਾ ਨਾ ਲੱਗਣ ਝਟਕਾ ਨਾ ਲੱਗਣ ਦੋ ਠੀਕ ਹੈ ਮਤਲਬ ਤਰੀਕੇ ਟੈਕਟੀ ਹੈ ਬਾਈ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਇਹ ਵਾਲੀ ਹੁੰਦੀ ਬਾਕੀ ਤੁਸੀਂ ਸਾਈਡ ਤੋਂ ਦੇਖ ਸਕਦੇ ਹੋ ਸਾਰੀ ਸਾਰੀ ਗੱਡੀ ਨੂੰ ਬਹੁਤ ਹੀ ਸੋਹਣੀ ਬਾਈ ਨੂੰ ਸ਼ੌਂਕ ਹੈ ਨਾ ਚੀਜ਼ਾਂ ਦਾ ਬਾਈ ਪੰਗੇ ਲੈਂਦੇ ਰਹਿੰਦੇ ਨੇ ਇਹਨਾਂ ਚੀਜ਼ਾਂ ਦੇ ਤੇ ਅਲੋਏ ਵੀ ਤੁਸੀਂ ਦੇਖ ਸਕਦੇ ਹੋ ਬਾਈ ਵੈਸੇ ਜਿਹੜਾ ਬੰਪਰ ਤੁਸੀਂ ਇਹਨੂੰ ਲਾਇਆ ਹੈ ਤੇ ਅਲੋਏ ਪਾ ਕੇ ਕਿੰਨਾ ਖਰਚਾ ਆ ਜਾਂਦਾ ਹੈ ਵੀਲ ਹੈ ਅਪਰੋਕਸੀਮੇਟਲੀ ਤੁਸੀਂ ਲਾ ਲਓ 190 ਦੇ ਆਸ-ਪਾਸ ਵੀਲ ਹੋਣੇ ਆ ਤੇ ਬੰਪਰ ਜਿਹੜਾ ਆਪਾਂ ਲਾਉਂਦੇ ਆ ਅਪਰੋਕਸੀਮੇਟਲੀ 20,000 ਦਾ ਬੰਪਰ ਬੰਪਰ ਠੀਕ ਹੈ ਬੰਪਰ ਵਗੈਰਾ ਪੈ ਜੇ ਕਿਸੇ ਨੇ ਬਣਾਉਣਾ ਹੋਵੇ ਤੇ ਕਿੰਨੇ ਟਾਈਮ 'ਚ ਬਣ ਜਾਂਦਾ ਹੈ ਕਿਸੇ ਚੀਜ਼ ਦਾ ਬਣਾਉਣਾ ਕਿਸੇ ਗੱਡੀ 2 ਦਿਨ 2 ਦਿਨ ਕੋਈ ਮਤਲਬ ਕੋਈ ਵੀ 2 ਦਿਨ ਚ ਆਪਾਂ ਰੈਡੀ ਕਰ ਠੀਕ ਹੈ ਅੰਦਰੋਂ ਵੀ ਤੁਹਾਨੂੰ ਅਸੀਂ ਦਿਖਾਉਂਦੇ ਆ ਇਧਰ ਤੁਸੀਂ ਅੰਦਰੋਂ ਵੀ ਦੇਖ ਸਕਦੇ ਹੋ ਗੱਡੀ ਸਾਰੀ ਸਾਰੀ ਬਾਈ ਨੂੰ ਜਿਵੇਂ ਕਿ ਕਾਫੀ ਅਲਟਰੇਸ਼ਨ ਬਾਈ ਕਰਦੇ ਰਹਿੰਦੇ ਨੇ ਇਹਦੇ ਵਿੱਚ ਸਰ ਹੁਣ ਦੱਸੋ ਇਹ ਕੀ ਲੱਗਿਆ ਹੋਇਆ ਇਹ ਆਪਣੇ ਆਈਪੈਡ ਹੀ ਲੱਗਿਆ ਹੁੰਦਾ ਵੈਸੇ ਪਰ ਸਕੈਨਰ ਯੂਜ਼ ਕਰ ਲਈ ਇੱਥੇ ਅੱਛਾ ਠੀਕ ਹੈ ਹਾਂਜੀ ਇਹ ਕੀ ਲਾਇਆ ਤੁਸੀਂ ਇਹ ਸਕਰੀਨ ਆ ਵੱਡੀ ਮਤਲਬ ਐਂਡਰੋਇਡ ਸਕਰੀਨ ਹੀ ਹੈ ਇਹ ਕੀ ਬਾਤ ਮਤਲਬ ਐਸੀ ਇਹ ਚਾਉਂਦੀ ਨਹੀਂ ਤੁਸੀਂ ਇਹ ਚੋ ਲਾਈ ਹੋਈ ਹੈ ਨਹੀਂ ਇਹ ਇੱਥੇ ਵੈਂਟ ਹੁੰਦੇ ਆ ਇਹ ਆਪਣੇ ਏਅਰ ਵੈਂਟਸ ਹੁੰਦੇ ਆ ਏਅਰ ਵੈਂਟਸ ਹੁੰਦੇ ਠੀਕ ਉਹ ਤੁਸੀਂ ਸਾਈਡ ਵਾਲੇ ਯੂਜ਼ ਕਰੀਏ ਹਾਂਜੀ ਸਾਈਡ ਵਾਲੇ ਯੂਜ਼ ਕਰ ਲੈਂਦੇ ਤੇ ਉਹਦੇ ਥੱਲਿਓਂ ਦੀ ਅਸੀਂ ਮੂੰਹ ਕੱਢਣ ਲੱਗੇ ਆ ਉਹਦਾ ਹਜੇ ਉਸੇ ਵੱਖਰਾ ਕਰਨ ਲੱਗਾ ਚੱਲ ਰਿਹਾ ਕੰਮ ਮਤਲਬ ਠੀਕ ਹੈ ਬਾਕੀ ਬਾਈ ਨੇ ਕੋਈ ਜ਼ਿਆਦਾ ਅਲਟਰੇਸ਼ਨ ਨਹੀਂ ਕੀਤੀ ਹੋਈ ਅੰਦਰੋਂ ਨਾਰਮਲੀ ਰੱਖੀ ਹੈ ਜੇ ਚੱਲੂ ਇਹਦਾ ਕੰਮ ਓਰੀਜਨਲ ਰੱਖੀ ਹੋਈ ਹੈ ਬਾਈ ਉਹਨੇ ਠੀਕ ਹੈ ਤੇ ਦੋਸਤੋ ਫਾਈਨਲੀ ਹੁੱਕ ਲਾਉਣ ਦਾ ਜ਼ਿਆਦਾ ਟਾਈਮ ਨਹੀਂ ਲੱਗਿਆ ਜਿਵੇਂ ਮੈਂ ਦੱਸਿਆ ਸੀਗਾ ਆਲਮੋਸਟ ਘੰਟਾ ਵੀ ਨਹੀਂ ਲੱਗਿਆ ਬਾਕੀ ਤੁਸੀਂ ਬਾਈ ਕਹਿੰਦੇ ਕਿ ਅਸੀਂ ਫ੍ਰੀ ਮਤਲਬ ਟਾਈਮ ਕੱਢ ਦਾਂਗੇ ਇੰਨਾ ਕਿ ਅਸੀਂ ਫ੍ਰੀ ਦੇ ਵੈਸੇ ਨਹੀਂ ਹੁੰਦੇ ਪਰ ਘੰਟੇ 'ਚ ਤੁਹਾਨੂੰ ਹੁੱਕ ਲਾ ਕੇ ਦੇ ਸਕਦੇ ਹਾਂ ਤੇ ਅਪੁਆਇੰਟਮੈਂਟ ਤੋਂ ਬਿਨਾਂ ਵੀ ਆ ਸਕਦੇ ਹੋ ਤੁਸੀਂ ਤੇ ਵੈਸੇ ਦੱਸ ਦਿੰਦਾ ਕਿ ਤੁਹਾਨੂੰ ਹੌਟ ਟੱਬ ਹਾਟ ਟੱਬ ਵਗੈਰਾ ਤੁਸੀਂ ਹਰੇਕ ਥਾਰ ਦਾ ਕਰਾ ਸਕਦੇ ਹੋ ਹੋਰ ਵੀ
ਹੁਣ ਤਾਂ ਜਿੱਦਾਂ ਲੋਕਡਾਊਨ ਦਾ ਚੱਲਦਾ ਪਿਆ ਤੇ ਆਪਣਾ ਸਵੇਰੇ 10 ਤੋਂ 5 ਵਜੇ ਤੱਕ ਇਨਫੋਰਮੇਸ਼ਨ ਮੈਂ ਇਸ ਚੈਨਲ ਕਰਦਾ ਰਹਿਣਾ ਤੁਸੀਂ ਚੈਨਲ ਨੂੰ ਜ਼ਰੂਰ ਫੋਲੋ ਕਰ ਲਿਓ ਤੇ ਮਿਲਦੇ ਹੋਰ ਨਵੇਂ ਵਲੌਗਸ ਲੈ ਕੇ ਬਾਬਾ ਟੇਕ ਕੇਅਰ।